ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਇੱਕ ਪਿੰਡ ਦੇ ਬਾਹਰ ਵਾਲਾ ਪਾਸਾ ਵਾ, ਯਾਨੀ ਇਹਨੂੰ ਲਹਿੰਦਾ ਪਾਸਾ ਵੀ ਕਹਿ ਲਓ, ਅਤੇ ਇਸ ਉੱਥੇ ਉਹ ਲੋਕ ਜਿਹੜੇ ਗਰੀਬ ਲੋਕ ਰਹਿੰਦੇ ਨੇ ਉਹਨਾਂ ਦੇ ਕੋਲ ਅਸੀਂ ਇੱਕ ਦਫਾ ਫਿਰ ਆਏ ਹਾਂ। ਅਤੇ ਇਸ ਘਰ ਦਾ ਮੈਂ ਥੋੜ੍ਹਾ ਜਿਹਾ ਮੰਜ਼ਰ ਦੱਸਣਾ ਚਾਹੁੰਦਾ ਵਾਂ ਕਿ ਇਸ ਘਰ 'ਚ ਮੈਂ ਅੱਗੇ 3-4 ਦਫਾ ਆ ਚੁੱਕਿਆ ਵਾਂ। ਅਤੇ ਇੱਕ ਬੱਚਾ ਸੀ ਦਾਨਿਸ਼, ਜਿਹਦੇ ਇਲਾਜ ਵਾਸਤੇ ਜੋ ਕੁਛ ਸੜਕ ਹੋ ਸਕਿਆ, ਅਤੇ ਮੈਂ 3 ਦਫਾ ਸ਼ੁਕਰ ਅਲਹਮਦੁਲਿਲਾ ਇਸ ਘਰ ਕੋਲ ਆਇਆ ਉਹਦੇ ਇਲਾਜ ਵਾਸਤੇ, ਉਹਦੇ ਟੈਸਟਾਂ ਵਾਸਤੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਲੇਕਿਨ ਉਹ ਬੱਚੇ ਦੀ ਮੈਨੂੰ ਮੁਸਕਰਾਹਟ ਅੱਜ ਵੀ ਯਾਦ ਆਉਂਦੀ ਆ। ਕਹਿੰਦਾ ਸੀ, ਅੰਕਲ ਜੀ ਤੁਸੀਂ ਆਉਂਦੇ ਤਾਂ ਮੈਨੂੰ ਬੜਾ ਦਿਲਾਸਾ ਮਿਲ ਜਾਂਦਾ, ਲੇਕਿਨ ਮੈਂ ਪਾਕਿਸਤਾਨ ਵਿੱਚ ਨਹੀਂ ਸੀਗਾ ਅਤੇ ਬੱਚਾ ਜਿਹੜਾ ਸੀਗਾ ਉਹ ਅੱਲਾ ਨੂੰ ਪਿਆਰਾ ਹੋ ਗਿਆ, ਔਰ ਮੈਨੂੰ ਬੜਾ ਦੁੱਖ ਹੋਇਆ। ਅਤੇ ਅੱਜ ਫਿਰ ਉਹਦੇ ਘਰ ਅਸੀਂ ਆਉਂਦੇ ਹਾਂ, ਉਸ ਮਾਂ ਗਮਜ਼ਦਾ ਮਾਂ ਦੇ ਕੋਲ ਅਫਸੋਸ ਵੀ ਕਰਾਂਗੇ, ਔਰ ਉਹਦੀ ਦਿਲਜੋਈ ਵੀ ਕਰਾਂਗੇ, ਉਹਦੀ ਅਸ਼ਕਸ਼ੋਈ ਵੀ ਕਰਾਂਗੇ। ਭੈਣ ਜੀ ਸਲਾਮ ਅਲੈਕੁਮ। ਅਸਲਾਮ ਅਲੈਕੁਮ। ਭੈਣ ਜੀ ਠੀਕ ਠਾਕ ਹੋ? ਇਹ ਭੈਣ ਜੀ ਰੋਟੀਆਂ ਪਕਾਉਂਦੇ ਪਏ ਹੋ? ਅੱਛਾ। ਅਤੇ ਭੈਣ ਜੀ ਅੱਜ ਵੀ ਮੈਨੂੰ ਯਾਦ ਆ, ਦਾਨਿਸ਼ ਯਾਦ ਆਉਂਦਾ ਵਾ। ਹਾਂਜੀ, ਭੁੱਲਦਾ ਮੈਂ ਵੇਖਿਆ ਕਿ ਬੜਾ ਹੀ ਦਲੇਰ ਬੱਚਾ ਅਤੇ ਬੜਾ ਹੀ ਹੌਸਲੇ ਬੱਚਾ ਸੀਗਾ, ਅਤੇ ਵੀ ਭੁੱਲ ਸਕਦਾ ਮੈਨੂੰ ਜੀ ਜੀ। ਅਤੇ ਮੈਂ ਜਦੋਂ ਵੀ ਆਉਂਦਾ ਸਾਂ ਅਤੇ ਉਹ ਮੈਨੂੰ ਕਹਿੰਦਾ ਸੀਗਾ, ਜਦੋਂ ਪਹਿਲੀ ਦਫਾ ਆਇਆ ਤਾਂ ਉਹਨੂੰ ਕੁਛ ਪੈਸੇ ਦੇਣ ਦੀ ਕੋਸ਼ਿਸ਼ ਕੀਤੀ, ਅਤੇ ਉਹਨੇ ਆਖਿਆ ਕਿ ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਮੇਰੀ ਮਾਂ ਚਾਹੀਦੀ ਆ। ਅਤੇ ਉਹਦੀ ਮਾਂ ਫੌਤ ਹੋ ਚੁੱਕੀ ਸੀ, ਅਤੇ ਇਹ ਮਾਂ ਨੂੰ ਪਾਲਦੀ ਸੀ, ਦਾਦੀ ਮਾਂ ਨੂੰ ਪਾਲਦੀ ਸੀ। ਮੈਨੂੰ ਅੱਜ ਵੀ ਯਾਦ ਆਉਂਦੀਆਂ, ਸਾਰੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਮੈਂ ਉਹਨੂੰ ਇੱਕ ਦਫਾ ਐਂਬੂਲੈਂਸ ਵਿੱਚ ਲੈ ਕੇ ਜਾਣ ਲੱਗਾ ਫੈਸਲਾਬਾਦ, ਅਤੇ ਮੈਨੂੰ ਕੀ ਕਹਿੰਦਾ, ਜਿਸ ਮੈਨੂੰ ਰਵਾਤਾ, ਕਹਿੰਦਾ ਅੰਕਲ ਜੀ ਜਿਹੜੇ ਜ਼ਿੰਦਗੀ ਦਾ ਇੱਕ ਮਹੀਨਾ ਹੈਗਾ ਵਾ, ਕਿਉਂ ਮੈਨੂੰ ਉੱਥੇ ਲੈ ਜਾਂਦੇ ਹੋ ਫੈਸਲਾਬਾਦ? ਮੈਨੂੰ ਆਪਣੇ ਇਹਨਾਂ ਕੋਲ ਰਹਿਣ ਦਿਓ, ਕੁਛ ਮੈਂ ਵਕਤ ਇਹਨਾਂ ਕੋਲ ਗੁਜ਼ਾਰ ਲਵਾਂ, ਅਤੇ ਮੇਰੇ ਆਪਣੇ ਥਰੂ ਨਿਕਲ ਗਏ ਸਨ। ਅਤੇ ਮੈਂ ਇੱਥੇ ਪਾਕਿਸਤਾਨ 'ਚ ਨਹੀਂ ਸੀਗਾ, ਬੇਸ਼ੱਕ ਇਹਨਾਂ ਨੂੰ ਕੁਛ ਇਹਦੀ ਐਨਤ ਵੀ ਕਰਕੇ ਗਿਆ, ਜਿਹਦੇ ਨਾਲ ਟੈਸਟ ਵਗੈਰਾ ਕਰਾਉਣ ਔਰ ਇਲਾਜ ਵਗੈਰਾ ਕਰਨ, ਲੇਕਿਨ ਉਹਦੀ ਜ਼ਿੰਦਗੀ ਘੱਟ ਗਈ ਔਰ ਅੱਲਾ ਨੂੰ ਪੈਰਾ ਹੋ ਗਿਆ। ਅਤੇ ਭੈਣ ਜੀ ਬੜਾ ਦੁੱਖ ਆ ਉਸ ਬੱਚੇ ਦਾ, ਹਾਂਜੀ ਬਹੁਤ ਦੁੱਖ ਆ, ਯਕੀਨ ਕਰੋ। ਅਤੇ ਅੱਲਾ ਪਾਕ ਦੀ ਮਰਜ਼ੀ, ਅਤੇ ਇਹ ਕੀ ਜਲਾਉਂਦੇ ਪਏ ਹੋ? ਲੋ ਇਹਨੂੰ ਬਾਲਣ ਦੀ ਜਗ੍ਹਾ 'ਤੇ ਕੀ ਜਾਲਦੇ ਹੋ? ਖੋਰੀ। ਇਹ ਖੋਰੀ ਬਚਪਨ 'ਚ ਮੈਂ ਖੁਦ ਲਿਆਉਂਦਾ ਰਿਹਾ, ਅਤੇ ਮੇਰੀ ਮਾਂ ਵੀ ਖੋਰੀ ਜਾਲਦੀ ਨਹੀਂ ਸੀ, ਅਤੇ ਮੈਨੂੰ ਇਹ ਮਾਂ ਬਹੁਤ ਪਿਆਰੀ ਲੱਗਦੀ ਆ ਕਿ ਇਹਨਾਂ ਉਹ ਲੋਕ ਨੇ ਜਿਹਨਾਂ ਕੋਲ ਨਹੀਂ ਇਸ ਸੂਈ ਗੈਸ ਹੈਗੇ, ਨਹੀਂ ਕੁਕਿੰਗ ਰੇਂਜ ਹੈਗੇ, ਔਰ ਇਹ ਖੋਰੀ ਨਾਲ ਗੁਜ਼ਾਰਾ ਕਰਦੇ ਨੇ, ਅਤੇ ਖੋਰੀ ਜਾਲ ਕੇ ਅਤੇ ਆਪਣੀ ਰੋਟੀਆਂ ਪਕਾਉਂਦੇ ਨੇ। ਅਤੇ ਇਸ ਮੌਕੇ 'ਤੇ ਇਹਨਾਂ ਵਾਸਤੇ ਮਾਂ ਜੀ ਅੱਲਾ ਪਾਕ ਨੇ ਤੁਹਾਡੇ ਸਪੋਰਟ ਕੀਤੀ ਆ, ਠੀਕ ਆ, ਸਾਡਾ ਤੁਹਾਡੇ 'ਤੇ ਕੋਈ ਆਸਾਨ ਨਹੀਂ ਗਾ, ਠੀਕ ਆ, ਤੁਹਾਡੇ ਕੋਲ ਆਉਂਦੇ ਰਹਾਂਗੇ। ਲਿਆਓ ਜੀ ਇਹਨਾਂ ਵਾਸਤੇ ਰਾਸ਼ਨ ਲਿਆਓ। ਇਹ ਮਾਂ ਜੀ 'ਚ ਜੋ ਅਸੀਂ ਆਪਣੇ ਘਰਾਂ 'ਚ ਇਸਤੇਮਾਲ ਕਰਦੇ ਚੀਜ਼, ਉਹ ਹੀ ਇਹਨਾਂ 'ਚ ਚੀਜ਼ਾਂ ਨੇ, ਠੀਕ ਹੈ। ਅੱਛਾ ਸਾਬਣ, ਅੱਛਾ ਘਿਓ, ਅੱਛੇ ਚਾਵਲ ਜਿਹੜੇ ਸਭ ਤੋਂ ਅੱਛੇ ਨੇ, ਹਰ ਚੀਜ਼ ਦੀ ਸਭ ਤੋਂ ਅੱਛੀ ਹੈ ਨਾ, ਉਹ ਇਹਦੇ ਵਿੱਚ ਆ। ਇਹ ਪੂਰੇ ਮਹੀਨੇ ਦਾ ਰਾਸ਼ਨ ਆ ਮਾਂ ਜੀ, ਅਗਰ ਘੱਟ ਵੱਧ ਹੋਵੇ ਤਾਂ ਅਸੀਂ ਤੁਹਾਨੂੰ ਉਹਦਾ ਵਧਾ ਘਟਾ ਸਕਦੇ ਹਾਂ, ਜਿਵੇਂ ਤੁਸੀਂ ਦੱਸੋ, ਠੀਕ ਹੈ। ਅਤੇ ਤੁਹਾਡੇ 'ਤੇ ਕੋਈ ਆਸਾਨ ਨਹੀਂ ਜੀ, ਤੁਹਾਡੇ 'ਤੇ ਕਦੀ ਤੌਰ 'ਤੇ ਕੋਈ ਆਸਾਨ ਨਹੀਂ, ਠੀਕ ਹੈ। ਹਾਂ, ਉਹਨਾਂ ਵਾਸਤੇ ਜ਼ਰੂਰ ਦੁਆ ਕਰਿਓ ਮਾਂ ਜੀ, ਉਹਨਾਂ 'ਤੇ ਜ਼ਰੂਰ ਦੁਆ ਕਰਿਓ ਜਿਨ੍ਹਾਂ ਨੇ ਤੁਹਾਡੇ ਦਰਦ ਨੂੰ ਮਹਿਸੂਸ ਕੀਤਾ ਔਰ ਤੁਹਾਡੇ ਨੂੰ ਤੁਹਾਡੇ 'ਤੇ ਚੀਜ਼ਾਂ ਭੇਜੀਆਂ, ਠੀਕ ਹੈ ਮਾਂ ਜੀ। ਔਰ ਇਸ ਮੌਕੇ 'ਤੇ ਮੈਂ ਇੱਕ ਹੋਰ ਗੱਲ ਕਰਾਂਗਾ ਕਿ ਉਹ ਲੋਕ ਜਿਹੜੇ ਪਿੰਡਾਂ ਦੇ ਵਿੱਚ ਵੱਸਦੇ ਨੇ ਔਰ ਇਰਦ ਗਿਰਦ ਗਰੀਬ ਲੋਕ ਰਹਿੰਦੇ ਨੇ, ਉਹਨਾਂ ਕੋਲ ਜਾਣ, ਜਾ ਕੇ ਵੇਖਣ ਕਿ ਉਹ ਕਿੱਦਾਂ ਦੇ ਕਿਚਨ ਦੇ ਵਿੱਚ ਆਪਣਾ ਹਾਂਡੀ ਰੋਟੀ ਕਰਦੇ ਨੇ, ਕਿੱਦਾਂ ਖਾਣਾ ਪਕਾਉਂਦੇ ਨੇ, ਕਿੱਦਾਂ ਪਕਾਉਂਦੇ ਨੇ, ਅਤੇ ਉਹਨਾਂ ਵਾਸਤੇ ਕੋਈ ਸਹੂਲਤ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਅਗਰ ਤੁਸੀਂ ਉਹਨਾਂ ਵਾਸਤੇ ਸਹੂਲਤ ਪੈਦਾ ਕਰੋਗੇ ਤਾਂ ਅੱਲਾ ਪਾਕ ਤੁਹਾਡੇ ਵਾਸਤੇ ਸਹੂਲਤ ਪੈਦਾ ਕਰੇਗਾ, ਅੱਲਾ ਪਾਕ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇਗਾ। ਔਰ ਮੈਂ ਇਸ ਮੌਕੇ 'ਤੇ ਇਹ ਵੀ ਗੱਲ ਕਰਨਾ ਚਾਹੁੰਦਾ ਵਾਂ, ਇਹਨਾਂ 'ਤੇ ਕੋਈ ਖਰਾਤ ਨਹੀਂ, ਕੋਈ ਆਸਾਨ ਨਹੀਂ, ਔਰ ਮੈਂ ਇਹ ਵੀ ਗੱਲ ਕਰਾਂਗਾ ਕਿ ਅਸੀਂ ਜੋ ਕੁਛ ਵੀ ਕਰਦੇ ਹਾਂ ਇਹ ਰਾਹੇ ਇਨਸਾਨੀ ਦੀ ਖਾਤਰ, ਅੱਲਾ ਪਾਕ ਦੀ ਖਾਤਰ ਕਰਦੇ ਹਾਂ, ਨਾ ਕਿਸੇ ਕੋਲ ਡੋਨੇਸ਼ਨ ਮੰਗਦੇ ਹਾਂ, ਨਾ ਕਿਸੇ ਕੋਲ ਚੰਦਾ ਮੰਗਦੇ ਹਾਂ, ਨਾ ਕੋਈ ਫੰਡ ਰੇਜ਼ਿੰਗ ਕਰਦੇ ਹਾਂ। ਅਤੇ ਸ਼ੁਕਰ ਅਲਹਮਦੁਲਿਲਾ ਮੇਰਾ ਬੇਟਾ ਔਰ ਮੇਰੇ ਬੇਟੇ ਦੇ ਦੋਸਤ ਜਿਹੜੇ ਨੇ ਔਰ ਮੇਰੇ ਕੁਝ ਦੋਸਤ ਜਿਹੜੇ ਨੇ ਇਸ ਪ੍ਰੋਗਰਾਮ ਨੂੰ ਚਲਾ ਰਹੇ ਨੇ ਔਰ ਇਹ ਪ੍ਰੋਗਰਾਮ ਚੱਲਦਾ ਰਹੇਗਾ ਬਗੈਰ ਕਿਸੇ ਲਾਲਚ ਤੋਂ ਇਹਨਾਂ ਲੋਕਾਂ ਦੀ ਮਦਦ ਵਾਸਤੇ, ਔਰ ਮੇਰੇ ਰੱਬ ਦਾ ਕਰਮ ਚਾਹੀਦਾ ਵਾ ਜਿਹਦੇ 'ਚ ਕਿ ਮੇਰੇ ਰੱਬ ਦੀ ਮਰਜ਼ੀ ਆ ਇਹ ਪ੍ਰੋਗਰਾਮ ਚੱਲਦਾ ਰਹੇਗਾ। ਅਤੇ ਭੈਣ ਜੀ ਸਾਡੇ ਵਾਸਤੇ ਦੁਆ ਕਰਿਓ, ਸਭ ਵਾਸਤੇ ਦੁਆ ਕਰਿਓ ਕਿ ਅੱਲਾ ਪਾਕ ਸਭ 'ਤੇ ਰਹਿਮ ਕਰੇ। ਹਾਂ, ਹਾਏ ਹਾਏ ਹਾਏ, ਉਹਦੀ ਦਾਨਿਸ਼ ਬੇਟੇ ਦੀ ਖਬਰ ਸੁਣ ਕੇ ਨਾ ਬਹੁਤ ਖਮੋਸ਼ ਹੋ ਗਈ ਸੀ, ਅਤੇ ਮੈਂ ਇਹਨਾਂ ਨੂੰ ਪੁੱਛਦੀ ਸਾਂ ਕਿ ਤੁਸੀਂ ਅੱਜ ਖਮੋਸ਼ ਕਿਉਂ ਜੇ, ਅਤੇ ਮੈਨੂੰ ਦੱਸਦੇ ਨਹੀਂ ਸੀ ਪਏ।
ਫਿਰ ਕਾਫੀ ਦਿਨਾਂ ਬਾਅਦ ਮੈਨੂੰ ਦੱਸਿਆ ਔਰ ਬੜਾ ਦੁੱਖ ਹੋਇਆ ਬਹੁਤ ਦੁੱਖ ਹੋਇਆ ਮਾਸ਼ਾਅੱਲਾ ਜਿੱਡਾ ਆ ਮੁੰਡਾ ਖਲੋਤਾ ਵਿਚਾਰੇ ਦੱਸ ਬਸ ਅੱਲਾਹ ਪਾਕ ਦੀ ਮਰਜ਼ੀ ਪਾ ਅੱਲਾਹ ਪਾਕ ਉਹਨੂੰ ਜਨਤ ਜਗ੍ਹਾ ਦੇਵੇ ਤੁਹਾਨੂੰ ਸਬਰ ਦੇਵੇ ਬੱਚਾ ਤਾਂ ਜੰਤੀ ਹੈ ਹਾਂਜੀ ਸਿੱਧਾ ਜਨਤ ਜਗ੍ਹਾ ਦੇ ਕੋਈ ਮਾਂ ਜੀ ਘਬਰਾਉਣਾ ਨੀਗਾ ਹੌਸਲਾ ਕਰੋ ਸਬਰ ਨਾਲ ਔਰ ਤੁਹਾਡੇ ਘਰ ਰਾਸ਼ਨ ਪਹੁੰਚਦਾ ਰਹੇਗਾ ਉਹਦੀ ਯਾਦ ਵਿੱਚ ਠੀਕ ਹੈ ਔਰ ਦਾਨਿਸ਼ ਨੂੰ ਅਸੀਂ ਯਾਦ ਕਰਦੇ ਰਹਾਂਗੇ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼।